ਸਾਡੇ ਵਾਲਾ ਰੇਡੀਓ ਤੇ ਸਾਰਿਆਂ ਦਾ ਸਵਾਗਤ ਹੈ ਜੀ। ਪਿਆਰ ਭਰੀ ਜ਼ਿੰਦਗੀ, ਸਤਿ ਸ੍ਰੀ ਅਕਾਲ। ਹਰ ਰੋਜ਼ ਦੀ ਤਰ੍ਹਾਂ ਅਸੀਂ ਖਬਰਾਂ ਲੈ ਕੇ ਹਾਜ਼ਰ ਹੋ ਗਏ ਹਾਂ। ਮੈਂ ਹਾਂ ਹਰਮਨਪ੍ਰੀਤ ਕੌਰ। ਹਰ ਰੋਜ਼ ਦੀ ਤਰ੍ਹਾਂ ਹੀ ਗੱਲਬਾਤ ਕਰਾਂਗੇ ਸੀਨੀਅਰ ਪੱਤਰਕਾਰ ਸਵਰਨ ਸਿੰਘ ਟੈਣਾ ਜੀ ਦੇ ਨਾਲ। ਉਹਨਾਂ ਤੋਂ ਜਾਣਾਂਗੇ ਪੰਜਾਬ ਦਾ ਤੇ ਦੇਸ਼ ਦੁਨੀਆ ਦਾ ਹਾਲ ਚਾਲ। ਟੈਣਾ ਸਰ, ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ। ਬੜੀ ਮਿਹਰਬਾਨੀ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਤੇ ਜਿੰਨੇ ਵੀ ਸਾਡੇ ਇਸ ਵੇਲੇ ਪਰਿਵਾਰਕ ਮੈਂਬਰ ਨੇ, ਸਾਰਿਆਂ ਨੂੰ ਹੀ ਪਿਆਰ ਭਰੀ ਤਨੇਗੀ ਸਤਿ ਸ੍ਰੀ ਅਕਾਲ। ਸਰ, ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਜੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਦੀ। ਕਹਿੰਦੇ ਕਿ ਉਹਨਾਂ ਨੇ ਵਾਰਾਣਸੀ ਤੋਂ ਨਾਮਜ਼ਦਗੀ ਕਾਗਜ਼ ਦਾਖਲ ਕਰ ਦਿੱਤੇ ਨੇ ਜੀ। ਬਿਲਕੁਲ ਜੀ ਬਿਲਕੁਲ, ਗੱਲ ਇਹ ਜੀ ਕਿ ਵਾਰਾਣਸੀ ਤੋਂ ਉਹਨਾਂ ਨੇ ਕਾਗਜ਼ ਦਾਖਲ ਕਰਤੇ। ਭਾਰਤ ਦੇ ਪ੍ਰਧਾਨ ਮੰਤਰੀ ਨੇ ਤੀਜੀ ਵਾਰ ਵਾਰਾਣਸੀ ਤੋਂ ਆਪਣੇ ਕਾਗਜ਼ ਦਾਖਲ ਕੀਤੇ ਆ। ਉਹ ਦੋ ਵਾਰੀਆਂ ਤੋਂ ਪ੍ਰਧਾਨ ਮੰਤਰੀ ਆ, ਤੀਜੀ ਵਾਰ ਦੀ ਟਰਾਈ ਆ। ਉਹ ਕਹਿੰਦੇ ਐਤਕੀ ਫਿਰ ਬਣ ਜਾਣਾ, ਵਿਰੋਧੀ ਕਹਿੰਦੇ ਬਿਲਕੁਲ ਨਹੀਂ ਬਣਨਾ, ਪਰ ਉਹਨਾਂ ਨੇ ਕੱਲ ਆਪਣੇ ਕਾਗਜ਼ ਦਾਖਲ ਕਰਤੇ। ਕਿਉਂਕਿ ਪ੍ਰਧਾਨ ਮੰਤਰੀ ਸਾਹਿਬ ਆ ਜਿਹੜੇ, ਉਹ ਸਮੇਂ ਦੇ ਵਿੱਚ, ਗ੍ਰਹਿਆਂ ਦੇ ਵਿੱਚ, ਸ਼ੁਭ ਅਸ਼ੁਭ ਵਕਤ ਦੇ ਵਿੱਚ ਬੜਾ ਯਕੀਨ ਰੱਖਦੇ ਆ। ਇਸ ਕਰਕੇ ਕਹਿੰਦੇ ਵੀ ਇੰਨੇ ਵੱਜ ਕੇ ਇੰਨੇ ਮਿੰਟ ਤੋਂ ਤੇ ਇੰਨੇ ਵੱਜ ਕੇ ਇੰਨੇ ਮਿੰਟ ਤੱਕ ਸ਼ੁਭ ਸਮਾਂ ਸੀ, ਉਦੋਂ ਕਹਿੰਦੇ ਉਹਨਾਂ ਨੇ ਆਪਣੇ ਕਾਗਜ਼ ਦਾਖਲ ਕੀਤੇ ਆ। ਨਾਲ ਉਹਨਾਂ ਦੇ ਕਈ ਧਰਮ ਗੁਰੂ ਵੀ ਸੀ। ਸੋ ਵਾਰਾਣਸੀ ਤੋਂ ਭਾਈ ਉਹਨਾਂ ਨੇ ਕਾਗਜ਼ ਦਾਖਲ ਕਰਤੇ ਆ। ਬੀਜੇਪੀ ਇਹ ਗੱਲ ਕਹਿੰਦੀ ਆ ਕਿ ਭਾਈ ਐਤਕੀ 400 ਤੋਂ ਪਾਰ ਅਸੀਂ ਲੈ ਕੇ ਜਾਵਾਂਗੇ, ਤੇ ਵਿਰੋਧੀ ਇਹ ਗੱਲ ਕਹਿੰਦੇ ਆ ਵੀ ਭੁਲੇਖੇ ਤੁਹਾਡੇ ਕੱਢ ਕੇ ਜਾਵਾਂਗੇ। ਉਹ ਕਹਿੰਦੇ ਵੀ ਤੁਹਾਨੂੰ 220 ਤੋਂ ਲੈ ਕੇ 230 ਸੀਟਾਂ ਮਿਲਣਗੀਆਂ, ਇਸ ਤੋਂ ਵੱਧ ਨਹੀਂ ਮਿਲਣਗੀਆਂ। ਵੀਰੇ ਭਾਈ ਕੌਣ ਸੱਚਾ ਕੌਣ ਝੂਠਾ ਉਹ ਵਕਤ ਦੱਸ ਦੂਗਾ ਹੁਣ, ਕਿਉਂਕਿ ਸਮਾਂ ਵੀ ਵਿਚਾਲੇ ਥੋੜਾ ਜਿਹਾ ਹੀ ਰਹਿ ਗਿਆ। ਕਿਉਂਕਿ ਆਹ ਹੁਣ 5ਵੇਂ ਗੇੜ ਦੀਆਂ ਵੋਟਾਂ ਪੈਣੀਆਂ, ਕੁੱਲ 7 ਗੇੜ ਹੈਗੇ ਆ, ਤੇ ਸਭ ਕੁਝ ਸਭ ਦੇ ਸਾਹਮਣੇ ਆ ਜਾਣਾ। ਬਿਲਕੁਲ ਸਹੀ ਕਿਹਾ ਤੁਸੀਂ ਟਾਣਾ ਸਾਹਿਬ, ਸਮੇਂ ਨੇ ਸਭ ਕੁਝ ਬਿਆਨ ਕਰ ਦੇਣਾ। ਪਰ ਉਧਰ ਦੂਸਰੇ ਬੰਨੇ ਜੇ ਆਪਾਂ ਗੱਲ ਕਰ ਲਈਏ ਪੰਜਾਬ ਦੀ, ਤਾਂ ਪੰਜਾਬ ਦੇ ਵਿੱਚੋਂ ਵੀ ਬਹੁਤ ਸਾਰੀਆਂ ਇਹੋ ਜਿਹੀਆਂ ਖਬਰਾਂ ਆ ਰਹੀਆਂ ਨੇ ਜਿਹੜੀਆਂ ਬਹੁਤ ਕੁਝ ਸੋਚਣ ਵਿਚਾਰਨ ਲਈ ਮਜਬੂਰ ਕਰ ਰਹੀਆਂ ਨੇ। ਸਭ ਤੋਂ ਪਹਿਲਾਂ ਤਾਂ ਬੀਬੀ ਜਗੀਰ ਕੌਰ ਹੋਰਾਂ ਵਾਲੀ ਵੀਡੀਓ ਦੀ ਹੀ ਗੱਲ ਕਰ ਲੈਂਦੇ ਹਾਂ। ਬੀਬੀ ਜਗੀਰ ਕੌਰ ਨੇ ਫਿਰ ਤੋਂ ਬਿਆਨ ਦਿੱਤਾ, ਉਹ ਕਹਿੰਦੇ ਨੇ ਕਿ ਚੰਨੀ ਨਾਲ ਮੇਰੀ ਜਿਹੜੀ ਐਡਿਟ ਕੀਤੀ ਹੋਈ ਵੀਡੀਓ ਜਿਹੜੀ ਬਹੁਤ ਜ਼ਿਆਦਾ ਅੱਗੇ ਤੋਂ ਅੱਗੇ ਪਹੁੰਚ ਰਹੀ ਹੈ, ਕਹਿੰਦੇ ਉਹਨੇ ਮੈਨੂੰ ਬਹੁਤ ਜ਼ਿਆਦਾ ਦੁੱਖ ਪਹੁੰਚਾਇਆ ਜੀ। ਹਾਂ ਬਿਲਕੁਲ ਜੀ, ਦੇਖੋ ਕੋਈ ਵੀ ਵਿਅਕਤੀ ਹੋਵੇ, ਕਿਸੇ ਦੀ ਵੀ ਵੀਡੀਓ ਕੋਈ ਵੀ ਗਲਤ ਸਹੀ ਤਰੀਕੇ ਨਾਲ ਪਹੁੰਚਾਉਂਦਾ, ਉਹਦੇ ਉੱਤੇ ਦੁੱਖ ਹੋਣਾ ਹਰਮਨ ਜੀ ਸੁਭਾਵਿਕ ਆ। ਦੇਖੋ ਕਿਸੇ ਦੀ ਕੋਈ ਵੀਡੀਓ ਨੂੰ ਤੋੜ ਮਰੋੜ ਕੇ ਪੇਸ਼ ਕਰਨਾ, ਉਹਦੇ ਉੱਤੇ ਦੁੱਖ ਨਾ ਹੋਊ ਤਾਂ ਹੋਰ ਕੀ ਆ। ਬੀਬੀ ਜਗੀਰ ਕੌਰ ਨੇ ਆਪਣੇ ਮਨ ਦੇ ਵਲਵਲੇ ਸਾਂਝੇ ਕੀਤੇ ਆ। ਉਹਨਾਂ ਨੇ ਕਿਹਾ ਜੀ ਕਿ ਗੱਲ ਮੇਰੀ ਤੇ ਚੰਨੀ ਹੋਰਾਂ ਦੀ ਕਿਸੇ ਨੂੰ ਕੀ, ਤੇ ਬਿਲਕੁਲ ਗੱਲ ਸਹੀ ਵੀ ਆ। ਉਹ ਕਹਿੰਦੇ ਜੀ ਕਿ ਚੰਨੀ ਹੋਰਾਂ ਨੇ ਮੇਰੇ ਦੋਵੇਂ ਹੱਥ ਫੜ ਕੇ ਤੇ ਆਪਦੇ ਮੱਥੇ ਨੂੰ ਲਾਏ, ਮੇਰੇ ਗੋਡੀ ਹੱਥ ਲਾਏ ਆ, ਤੇ ਉਸ ਤੋਂ ਬਾਅਦ ਮੈਂ ਉਹਨਾਂ ਨੂੰ ਆਸ਼ੀਰਵਾਦ ਦਿੱਤਾ, ਮੇਰੇ ਉਹ ਬਹੁਤ ਨੇੜਲੇ ਆ, ਮੇਰੇ ਸਤਿਕਾਰਯੋਗ ਆ, ਤੇ ਕਿਸੇ ਨੂੰ ਸਮੱਸਿਆ ਕੀ ਹੈ ਇਹਦੇ ਵਿੱਚ, ਉਹਨਾਂ ਨੇ ਇਹ ਗੱਲ ਕਹੀ ਆ। ਉਹ ਕਹਿੰਦੇ ਜੀ ਕਿ ਜਾਣ ਬੁੱਝ ਕੇ ਕਈ ਚੈਨਲਾਂ ਵਾਲਿਆਂ ਨੇ, ਕਈ ਸੋਸ਼ਲ ਮੀਡੀਆ ਦੇ ਅੰਗਾਂ ਨੇ ਉਹਨਾਂ ਗੱਲਾਂ ਨੂੰ ਤੋੜ ਮਰੋੜ ਕੇ ਪੇਸ਼ ਕੀਤਾ, ਉਹਨਾਂ ਖਬਰਾਂ ਨੂੰ ਤੋੜ ਮਰੋੜ ਕੇ ਪੇਸ਼ ਕਰਤਾ। ਉਹ ਕਹਿੰਦੇ ਜੀ ਮੈਨੂੰ ਇਸ ਗੱਲ ਦੇ ਉੱਤੇ ਬੇਹੱਦ ਦੁੱਖ ਵੀ ਹੋਇਆ ਤੇ ਹੈਰਾਨੀ ਵੀ ਹੋਈ ਹੈ ਵੀ ਭਾਈ ਸਾਡੇ ਦੁਨੀਆਦਾਰੀ ਦੇ ਵਿੱਚ ਚੱਲੀ ਕੀ ਜਾਂਦਾ, ਸਾਡੇ ਸਮਾਜ ਦੇ ਵਿੱਚ ਹੋਈ ਕੀ ਜਾਂਦਾ। ਉਹ ਕਹਿੰਦੇ ਜੀ ਇਹ ਕੁਝ ਕਰਨ ਦੇ ਨਾਲ ਮੇਰੇ ਮਨ ਦੇ ਉੱਤੇ, ਮੇਰੇ ਸ਼ੁਭ ਚਿੰਤਕਾਂ ਦੇ ਮਨ ਦੇ ਉੱਤੇ, ਮੇਰੇ ਪਰਿਵਾਰ ਦੇ ਮਨ ਦੇ ਉੱਤੇ ਬੜੀ ਵੱਡੀ ਸੱਟ ਵੱਜੀ ਆ ਵੀ ਭਾਈ ਆਹ ਦੇਖੋ ਜੀ ਲੱਛਣ ਕੀ ਕੀ ਫੜੇ ਹੋਏ ਲੋਕਾਂ ਨੇ। ਉਹਨਾਂ ਨੇ ਕਿਹਾ ਜੀ ਕਿ ਮੈਨੂੰ ਦੁੱਖ ਹੋਇਆ ਇਸ ਗੱਲ ਦੇ ਉੱਤੇ। ਵੈਸੇ ਵੀ ਮੈਨੂੰ ਲੱਗਦਾ ਜੀ ਕਿ ਇਹਦਾ ਦੀਆਂ ਹਰਕਤਾਂ, ਇਹਦਾ ਦੇ ਲੱਛਣ ਨਹੀਂ ਕਰਨੇ ਚਾਹੀਦੇ ਜਿਹੜੇ ਕਿ ਸਾਡੇ ਪੰਜਾਬੀਆਂ ਦੇ ਸੁਭਾਅ ਦੇ ਵਿੱਚ ਆ। ਮੈਂ ਕਦੇ ਕਦੇ ਸੋਚਦਾ ਹੁੰਦਾ ਵੀ ਅਸੀਂ ਪੰਜਾਬੀ ਵਿਹਲੇ ਕਿੰਨੇ ਆ। ਸਭ ਤੋਂ ਵੱਧ ਵੱਡੀ ਗੱਲ ਵਿਹਲੇ ਦੀ ਆ। ਦੇਖੋ ਸਾਨੂੰ ਕੋਈ ਨੇਤਾ ਨਹੀਂ ਪਸੰਦ, ਸਾਨੂੰ ਕੋਈ ਕਲਾਕਾਰ ਨਹੀਂ ਪਸੰਦ, ਸਾਨੂੰ ਕੋਈ ਸਾਹਿਤਕਾਰ ਨਹੀਂ ਪਸੰਦ। ਆ ਸੁਰਜੀਤ ਪਾਤਰ 'ਚ ਵੀ ਨੁਕਸ ਕੱਢੀ ਜਾਂਦੇ, ਲੀਡਰ ਵੀ ਸਾਰੇ ਗਲਤ ਆ, ਗਵਈਏ ਵੀ ਸਾਰੇ ਗਲਤ ਆ, ਸਮਾਜ ਸੇਵੀ ਵੀ ਸਾਰੇ ਗਲਤ ਆ, ਪੱਤਰਕਾਰ ਵੀ ਸਾਰੇ ਗਲਤ ਆ। ਮੈਂ ਨਾ ਪਿਛਲੇ ਕੁਛ ਕੁ ਦਿਨਾਂ ਤੋਂ ਹਰਮਨ ਜੀ ਇੱਕ ਗੱਲ ਨੋਟ ਕਰਦਾ, ਦਿਲਜੀਤ ਦੋਸਾਂਝ ਆਪਦੀ ਕਾਬਲੀਅਤ ਦੇ ਨਾਲ ਵੈਨਕੂਵਰ ਵਾਲਾ ਸ਼ੋਅ ਭਰ ਗਿਆ,
ਕਹਿੰਦੇ ਵੀ 52-54 ਹਜ਼ਾਰ ਬੰਦਾ ਸੀ ਉੱਥੇ, ਬਹੁਤ ਕਮਾਲ। ਦਲਜੀਤ ਦਸਾਂਝ ਇਸ ਵੇਲੇ ਸੁਪਰਸਟਾਰ ਆ, ਪਰ ਉਹਦੇ ਪਿੱਛੇ ਵੀ ਪੈ ਗਏ ਲੋਕ, ਮੈਨੂੰ ਤਾਂ ਉਹ ਕਹਿਣਾ ਵੀ ਨਹੀਂ ਹੁੰਦਾ, ਕਹਿੰਦੇ ਲੂਮੀ ਨਾਟੀ ਹੁੰਦੇ ਕੋਈ, ਕਹਿੰਦੇ ਵੀ ਉਹਨਾਂ ਨੇ ਸ਼ੋ ਭਰਤਾ ਉਹਦਾ, ਕਹਿੰਦੇ ਉਹਨਾਂ ਦੇ ਕਰਕੇ ਉਹ ਅੱਗੇ ਵਧ ਰਿਹਾ, ਉਹਨਾਂ ਦੇ ਕਰਕੇ ਸਾਰਾ ਕੁਝ ਹੋ ਰਿਹਾ। ਉਹਨੇ ਜੀ ਆਪਣੀ ਰੂਹ ਵੇਚਤੀ ਆ, ਉਹਨੇ ਆਪਣੀ ਸੋਲ ਆ ਜਿਹੜੀ ਉਹ ਸੇਲ ਕਰਤੀ ਆ, ਉਹਨੇ ਫਲਾਂ ਕਰਤਾ, ਉਹਨੇ ਢੀਂਗ ਕਰਤਾ। ਮੈਂ ਕਿਹਾ ਹੱਦ ਹੋ ਗਈ। ਕਿਸੇ ਵੇਲੇ ਵਾਰਸ ਭਰਾਵਾਂ ਨੇ ਵੰਡਰਲੈਂਡ ਪਾਰਕ ਜਿਹੜਾ ਟੋਰਾਂਟੋ ਵਾਲਾ, ਤੇ ਉਹ ਬਿਲਕੁਲ ਸੋਲਡ ਆਊਟ ਕਰਤਾ ਸੀਗਾ ਜਦੋਂ ਪਹਿਲਾ ਪੰਜਾਬੀ ਵਿਰਸਾ ਸ਼ੋਅ ਕੀਤਾ, ਉਦੋਂ ਉਹ ਲੂਮੀਨਾਟੀ ਸੀ, ਉਹਨਾਂ ਨੇ ਆਪਦੀ ਰੂਹ ਵੇਚਤੀ ਸੀ। ਕਿਸੇ ਵੇਲੇ ਕੁਲਦੀਪ ਮਾਣਕਾ ਜਿਹੜਾ, ਉਹਦੇ ਇੱਕ ਸ਼ੋਅ ਦੇਖਣ ਦੇ ਲਈ 20-20 ਪਿੰਡਾਂ ਦੇ ਲੋਕ ਇਕੱਠੇ ਹੋ ਜਾਂਦੇ ਸੀਗੇ, ਇਹਦਾ ਮਤਲਬ ਉਹਨੇ ਲੂਮੀਨਾਟੀ ਬਣ ਗਿਆ ਸੀ ਉਦੋਂ। ਕਿਸੇ ਵੇਲੇ ਜਿਹੜੇ ਬਾਕੀ ਇਹ ਸਲੀਕ ਸਾਹਿਬ ਆ, ਸੁਰਿੰਦਰ ਸ਼ਿੰਦਾ ਸਾਹਿਬ ਆ, ਜਾਂ ਕਿਸੇ ਵੇਲੇ ਲਾਲ ਚੰਦ ਯਮਲਾ ਜੱਟ ਨੂੰ ਸੁਣਨ ਦੇ ਲਈ, ਜਗਮੋਹਨ ਕੌਰ ਨੂੰ ਸੁਣਨ ਦੇ ਲਈ ਲੋਕ ਇਕੱਠੇ ਹੋ ਜਾਂਦੇ ਸੀ, ਮਤਲਬ ਉਹਨਾਂ ਨੇ ਆਪਦੀ ਰੂਹ ਵੇਚੀ ਸੀ। 5 ਵਾਰ ਬਾਦਲ ਸਾਹਿਬ ਮੁੱਖ ਮੰਤਰੀ ਬਣ ਗਏ, ਮਤਲਬ ਉਹਨਾਂ ਨੇ ਰੂਹ ਵੇਚੀ ਸੀ। ਮਤਲਬ ਇਹ ਆ ਕਿ ਜਿਹੜੇ ਬੰਦੇ ਫੇਲ ਹੋ ਗਏ, ਜਿਹੜੇ ਬੰਦੇ ਜਿੱਤਦੇ ਨਹੀਂ, ਜਿਹੜੇ ਬੰਦਿਆਂ ਨੂੰ ਅੱਜ ਸੁਣਦੇ ਨਹੀਂ, ਮਤਲਬ ਇਹ ਆ ਵੀ ਉਹ ਆਪਦੀ ਰੂਹ ਵਿੱਚ ਜਿਹੜਾ ਲੂਮੀ ਦਾਟੀ ਬਣ ਜਾਣ। ਸਾਨੂੰ ਕਿਸੇ ਦੀ ਕਾਬਲੀਅਤ ਦਾ ਕਦਰ ਨਹੀਂ ਕਰਨੀ ਆਉਂਦੀ, ਸਾਨੂੰ ਹਰ ਗੱਲ ਦੇ ਵਿੱਚ ਨਗੋਚ, ਹਰ ਗੱਲ ਦੇ ਉੱਤੇ ਟਿੱਪਣੀ, ਹਰ ਗੱਲ ਦੇ ਉੱਤੇ ਕਿੰਤੂ। ਤੇ ਮੈਂ ਤਾਂ ਇਹ ਸੋਚਦਾ ਵੀ ਭਾਈ ਜਿਹਨੂੰ ਇਹ ਲੱਗਦਾ ਵੀ ਭਾਈ ਦਲਜੀਤ ਇਉਂ ਛਾ ਗਿਆ ਜਾਂ ਫਲਾਣੇ ਦਾ ਸੂਤ ਇਵੇਂ ਲੱਗ ਗਿਆ, ਉਹ ਵੀ ਉਵੇਂ ਕਰ ਲਵੇ, ਫਿਰ ਐਂ ਆ ਜਾਓ। ਪਰ ਗੱਲ ਇਹ ਜੀ ਕਿ ਸਾਨੂੰ ਕਾਬਲੀਅਤ ਦੀ ਕਦਰ ਨਹੀਂ ਕਰਨੀ ਆਉਂਦੀ, ਅਸੀਂ ਹਰ ਗੱਲ ਦੇ ਉੱਤੇ ਟਿੰਡ ਚ ਕਾਨਾ ਪਾਉਣ ਨੂੰ ਫਿਰਦੇ ਰਹਿੰਦੇ ਹਾਂ, ਹੋਰ ਗੱਲ ਕੋਈ ਨਹੀਂ। ਜੀ ਬਿਲਕੁਲ, ਕਹਿੰਦਾ ਸਾਹਿਬ ਅੱਗੇ ਵੱਧਦੇ ਹਾਂ, ਗੱਲ ਕਰਦੇ ਹਾਂ ਸਾਧੂ ਸਿੰਘ ਧਰਮਸੋਤ ਹੋਰਾਂ ਦੀ। ਕਹਿੰਦੇ ਉਹਨਾਂ ਨੂੰ ਪ੍ਰਚਾਰ ਕਰਨ ਦੇ ਲਈ ਜ਼ਮਾਨਤ ਮਿਲ ਗਈ ਹੈ ਜੀ। ਬਿਲਕੁਲ ਜੀ ਬਿਲਕੁਲ, ਸਾਧੂ ਸਿੰਘ ਧਰਮਸੋਤ ਹੋਰੀਆਂ ਜਿਹੜੇ, ਉਹਨਾਂ ਨੂੰ ਜ਼ਮਾਨਤ ਮਿਲ ਗਈ ਆ। ਸਾਧੂ ਸਿੰਘ ਧਰਮਸੋਤ ਨੇ ਜਿਹੜੇ, ਉਹਨਾਂ ਨੂੰ ਜ਼ਮਾਨਤ ਮਿਲ ਗਈ ਆ ਜੀ। ਆਉਂਦੇ ਸਮੇਂ ਦੇ ਵਿੱਚ ਮੇਰਾ ਖਿਆਲ ਆ ਵੀ ਬਹੁਤ ਜਲਦ ਉਹਨਾਂ ਨੂੰ ਪ੍ਰਚਾਰ ਕਰਨ ਦਾ ਮੌਕਾ ਮਿਲ ਜਾਣਾ। ਮਤਲਬ ਮੇਰੇ ਕਹਿਣ ਦਾ ਹੈ ਕਿ ਉਹਨਾਂ ਨੂੰ ਪ੍ਰਚਾਰ ਕਰਨ ਦਾ ਮੌਕਾ ਮਿਲ ਹੀ ਗਿਆ। ਤੇ ਅਗਲੀ ਗੱਲ ਇਹ ਆ ਕਿ ਉਹਨਾਂ ਨੇ 6 ਜੂਨ ਤੱਕ ਬਾਹਰ ਰਹਿਣਾ, 5 ਜੂਨ ਤੱਕ ਬਾਹਰ ਰਹਿਣਾ, ਤੇ 6 ਜੂਨ ਨੂੰ ਉਹਨਾਂ ਨੂੰ ਸਰੈਂਡਰ ਕਰਨਾ ਪੈਣਾ, ਜਿਵੇਂ ਕਿ ਜਾਣਕਾਰੀ ਆਈ ਆ। ਤੇ ਉਸ ਤੋਂ ਅਗਲੀ ਗੱਲ ਇਹ ਆ ਵੀ ਜਿਹੜੀ ਮਹੱਤਵਪੂਰਨ, ਸਾਧੂ ਸਿੰਘ ਧਰਮਸੋਤ ਨੇ ਜਿਹੜੇ, ਤੇ ਉਹਨਾਂ ਨੂੰ ਆਪਾਂ ਜਾਣਦੇ ਕਿ ED ਨੇ ਗ੍ਰਿਫਤਾਰ ਕੀਤਾ ਸੀ। ਉਹਨਾਂ ਦੇ ਉੱਤੇ ਕਈ ਤਰ੍ਹਾਂ ਦੇ ਦੋਸ਼ ਲੱਗੇ ਸੀ, ਉਹਨਾਂ ਨੂੰ ਕਿਸੇ ਵੇਲੇ ਦੋਸ਼ਾਂ ਦਾ ਸਾਹਮਣਾ ਕਰਨਾ ਪਿਆ ਕਿ ਉਹ ਤਾਂ ਜਿਹੜੇ ਉਹ ਸਕੋਲਰਸ਼ਿਪ ਆ ਜਿਹੜੀ ਦਲਿਤ ਵਿਦਿਆਰਥੀਆਂ ਦੀ ਉਹ ਖਾ ਗਏ, ਕਦੇ ਬੂਟਿਆਂ ਦਾ ਦੋਸ਼ ਲੱਗਾ ਕਿਉਂਕਿ ਜੰਗਲਾਤ ਮਹਿਕਮੇ ਦੇ ਮੰਤਰੀ ਰਹੇ, ਕਦੇ ਕੋਈ ਦੋਸ਼ ਤੇ ਕਦੇ ਕੋਈ ਦੋਸ਼। ਪਰ ਸਾਧੂ ਸਿੰਘ ਧਰਮਸੋਤ ਨੂੰ ED ਨੇ ਗ੍ਰਿਫਤਾਰ ਕੀਤਾ ਸੀ, ਤੇ ਲੰਮੇ ਸਮੇਂ ਤੋਂ ਉਹ ਇਸ ਵੇਲੇ ਜੇਲ੍ਹ ਦੇ ਵਿੱਚ ਬੰਦ ਆ, ਤੇ ਉਹਨਾਂ ਨੂੰ ਹੁਣ ਪ੍ਰਚਾਰ ਕਰਨ ਦਾ ਮੌਕਾ ਮਿਲਿਆ, ਯਾਨੀ ਕਿ ਉਹਨਾਂ ਨੂੰ ਜ਼ਮਾਨਤ ਦਾ ਮੌਕਾ ਮਿਲਿਆ। ਉਹ ਹੁਣ ਜ਼ਮਾਨਤ ਦੇ ਉੱਤੇ ਬਾਹਰ ਆ ਜਾਣਗੇ ਜਾਂ ਆ ਗਏ, ਆਪਾਂ ਇਹ ਕਹਿ ਲਈਏ, ਕੱਲ੍ਹ ਮਾਣਯੋਗ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਵੱਲੋਂ ਉਹਨਾਂ ਦੀ ਜ਼ਮਾਨਤ ਅਰਜ਼ੀ ਨੂੰ, ਅੰਤਰਿਮ ਜ਼ਮਾਨਤ ਅਰਜ਼ੀ ਨੂੰ ਮਨਜ਼ੂਰ ਕੀਤਾ ਗਿਆ, ਤੇ ਉਹ ਹੁਣ ਆ ਜਾਣੇ ਆ। ਤੇ ਇਸ ਤੋਂ ਪਹਿਲਾਂ ਅਰਵਿੰਦ ਕੇਜਰੀਵਾਲ ਨੂੰ ਪ੍ਰਚਾਰ ਕਰਨ ਵਾਸਤੇ ਮੌਕਾ ਮਿਲਿਆ, ਤੇ ਉਹ ਸੁਪਰੀਮ ਕੋਰਟ ਨੇ ਮੌਕਾ ਦਿੱਤਾ, ਜੇਲ੍ਹ ਦੇ ਵਿੱਚੋਂ ਬਾਹਰ ਆਏ ਆ। ਤੇ ਸਾਧੂ ਸਿੰਘ ਧਰਮਸੋਤ ਨੂੰ ਹੁਣ ਪ੍ਰਚਾਰ ਕਰਨ ਵਾਸਤੇ ਮੌਕਾ ਮਿਲਿਆ, ਇਹ ਵੀ ਹੁਣ ਬਾਹਰ ਆ ਜਾਣੇ ਆ, ਤੇ ਇਹ 6 ਜੂਨ ਤੱਕ ਸਰੈਂਡਰ ਕਰਨਗੇ। ਸੋ ਸਾਧੂ ਸਿੰਘ ਧਰਮਸੋਤ ਪ੍ਰਚਾਰ ਕਿੰਨਾ ਕਰਨਗੇ, ਉਹਨਾਂ ਦੇ ਪ੍ਰਚਾਰ ਦਾ ਕਿੰਨਾ ਕੁ ਪ੍ਰਭਾਵ ਰਹੂਗਾ, ਇਹ ਤਾਂ ਚਲੋ ਸਮਾਂ ਦੱਸੂਗਾ। ਪਰ ਇਹ ਆ ਵੀ ਉਹਨਾਂ ਨੂੰ ਇੱਕ ਰਾਹਤ ਮਿਲ ਗਈ ਆ, ਕੋਈ ਨਾ ਕੋਈ ਬੇਸ ਬਣਿਆ, ਕਿਸੇ ਗੱਲ ਦਾ ਕਾਰਨ ਬਣਿਆ ਜਿਹਦੇ ਕਰਕੇ ਉਹਨਾਂ ਨੂੰ ਬਾਹਰ ਆਉਣ ਦਾ ਚਲੋ ਮੌਕਾ ਮਿਲ ਜੂਗਾ ਜੀ। ਜੀ ਬਿਲਕੁਲ, ਰਾਣਾ ਸਾਹਿਬ ਉੱਧਰ ਪੰਜਾਬ ਦੇ ਵਿੱਚ ਨਾਮਜ਼ਦਗੀਆਂ ਜਿਹੜੀਆਂ ਉਹ ਬੰਦ ਹੋ ਗਈਆਂ ਨੇ, 17 ਨੂੰ ਵਾਪਸ ਲੈ ਜਾਣਗੇ ਜੀ ਕਾਗਜ਼ ਦੇ, ਕਿਸੇ ਨੇ ਵਾਪਸ ਲੈਣੇ ਹੋਏ ਤਾਂ। ਹਾਂ ਬਿਲਕੁਲ ਜੀ ਬਿਲਕੁਲ, ਗੱਲ ਇਹ ਹੈ ਕਿ ਲੰਘੇ ਕੱਲ ਲਈ, ਯਾਨੀ ਕਿ 14 ਤਰੀਕ ਨੂੰ, 14 ਆਪਣੀ ਮਈ ਨੂੰ, ਤੇ ਕਾਗਜ਼ ਦਾਖਲ ਕਰਨ ਦਾ ਵੇਲਾ ਨਿਕਲ ਗਿਆ। 7 ਮਈ ਤੋਂ ਕਾਗਜ਼ ਦਾਖਲ ਕਰਨ ਦਾ ਸਿਲਸਿਲਾ ਸ਼ੁਰੂ ਹੋਇਆ, 14 ਮਈ ਤੱਕ ਕਾਗਜ਼ ਦਾਖਲ ਕਰਨ ਦਾ ਸਿਲਸਿਲਾ ਚੱਲਿਆ। ਮੈਨੂੰ ਲੱਗਦਾ ਜੀ ਕਿ ਲਗਭਗ 250 ਤੋਂ ਵੱਧ ਲੋਕਾਂ ਨੇ ਆਪਣੇ ਕਾਗਜ਼ ਦਾਖਲ ਕੀਤੇ ਆ।
ਅੱਜ ਉਹਨਾਂ ਕਾਗਜ਼ਾਂ ਦੀ ਪੜਤਾਲ ਹੋਊਗੀ, ਯਾਨੀ ਕਿ 15 ਤਰੀਕ ਨੂੰ ਪੜਤਾਲ ਹੋਣੀ ਆ, ਤੇ 17 ਤਰੀਕ ਨੂੰ ਕਾਗਜ਼ ਆਪਣੇ ਵਾਪਸ ਲੈ ਸਕਦੇ ਆ। ਜਦੋਂ ਕੋਈ ਵੀ ਬੰਦਾ ਕਾਗਜ਼ ਦਾਖਲ ਕਰਦਾ, ਕੋਈ ਵੀ, ਜਿਵੇਂ ਮੰਨ ਲਓ ਹੁਣ 250 ਬੰਦੇ ਨੇ ਕਾਗਜ਼ ਦਾਖਲ ਕੀਤੇ ਹੋਣ, ਉਹਦੇ ਵਿੱਚੋਂ ਕਈਆਂ ਲਈ ਕੋਈ ਟੈਕਨੀਕਲ ਗੱਲ ਹੋਊਗੀ ਵੀ ਭਾਈ ਉਹਨਾਂ ਨੇ ਆਹ ਕਾਲਮ ਨਹੀਂ ਭਰਿਆ ਜਾਂ ਆਹ ਜਾਣਕਾਰੀ ਨਹੀਂ ਦਰੁਸਤ ਜਾਂ ਆਹ ਗੱਲ ਸਹੀ ਨਹੀਂ ਕੀਤੀ, ਇਸ ਕਰਕੇ ਕਾਗਜ਼ ਰੱਦ ਹੋ ਜਾਂਦੇ ਆ। ਉਹਦੇ 'ਚ ਸੋਧ ਕਰਨ ਦਾ ਮੌਕਾ ਨਹੀਂ ਮਿਲਦਾ, ਉਹ ਕਾਗਜ਼ ਰੱਦ ਹੀ ਹੁੰਦੇ ਆ। ਤੇ ਕਈਆਂ ਨੇ ਆਪਣੇ ਕਾਗਜ਼ ਵਾਪਸ ਲੈ ਲੈਣੇ ਹੁੰਦੇ ਆ ਵੀ ਕਿਸੇ ਨੇ ਕਿਸੇ ਨੂੰ ਕਹਿ ਕੇ ਬਿਠਾਤਾ, ਜਾਂ ਕਿਸੇ 'ਤੇ ਕੋਈ ਪ੍ਰੈਸ਼ਰ ਪੈ ਗਿਆ, ਜਾਂ ਕਿਸੇ ਦਾ ਮਨ ਨਹੀਂ ਕਰਦਾ ਵੀ ਚਲੋ ਯਾਰ ਬਸ ਕਾਗਜ਼ ਦਾਖਲ ਕਰਨੇ ਸੀ, ਗੱਲ ਖਤਮ, ਕੋਈ ਲੈਣ ਦੇਣ ਵਾਲੀ ਗੱਲ ਵੀ ਕਰ ਜਾਂਦਾ ਹੁੰਦਾ ਵਿੱਚੇ। ਸੋ ਕਈਆਂ ਨੇ ਕਾਗਜ਼ ਵਾਪਸ ਲੈ ਲੈਣੇ ਆ। ਸੋ 17 ਤਰੀਕ ਨੂੰ ਜਦੋਂ ਆਪਾਂ ਖਬਰਾਂ ਦੀ ਸਾਂਝ ਪਾਵਾਂਗੇ, ਉਸ ਦਿਨ ਇਸ ਗੱਲ ਦਾ ਪਤਾ ਲੱਗੂਗਾ ਜੀ ਟੋਟਲ ਕਿੰਨੇ ਉਮੀਦਵਾਰ ਆ ਪੰਜਾਬ ਦੇ ਚੋਣ ਮੈਦਾਨ ਦੇ ਵਿੱਚ, ਤੇ ਕਿਹੜੇ ਹਲਕੇ ਤੋਂ ਕਿੰਨੇ ਉਮੀਦਵਾਰ ਆ ਜਿਹੜੇ ਕਿ ਆਪਣੀ ਕਿਸਮਤ ਅਜ਼ਮਾਈ ਕਰ ਰਹੇ ਆ। ਸੋ ਇਹ ਪੂਰੀ ਦੀ ਪੂਰੀ ਜਾਣਕਾਰੀ ਉਸ ਦਿਨ ਆਪਣੇ ਸਾਹਮਣੇ ਆ ਜਾਣੀ ਆ। ਸੋ ਵੇਖਦੇ ਆ ਭਾਈ ਕੀ ਬਣਦਾ ਹੁਣ। ਤੇ ਹੁਣ ਕਾਗਜ਼ ਦਾਖਲ ਹੋ ਗਏ ਆ ਤੇ ਹੁਣ ਸਾਰੇ ਉਮੀਦਵਾਰ ਪ੍ਰਚਾਰ ਦੇ ਵਿੱਚ ਨਿੱਠ ਕੇ ਆ ਗਏ ਆ, ਇੱਕ ਦੂਜੇ ਦਾ ਪੈਰ ਲਗਾਤਾਰ ਮਿਧ ਰਹੇ ਆ, ਇੱਕ ਦੂਜੇ ਦੇ ਉੱਤੇ ਲਗਾਤਾਰ ਸ਼ਬਦ ਕੁਵਾਰ ਕੀਤੇ ਜਾ ਰਹੇ ਆ। ਦੇਖਦੇ ਹਾਂ ਹੁਣ ਕੀ ਬਣਦਾ ਜੀ। ਜੀ ਬਿਲਕੁਲ ਮੇਰਾ ਸਾਹਿਬ, ਆਮ ਆਦਮੀ ਪਾਰਟੀ ਨੇ ਕਹਿੰਦੇ ਪੰਜਾਬ ਦੇ ਸਟਾਰ ਪ੍ਰਚਾਰਕਾਂ ਦੀ ਸੂਚੀ ਜਾਰੀ ਕਰ ਦਿੱਤੀ ਹੈ ਜੀ, ਕਿਹਦਾ ਕਿਹਦਾ ਨਾਂ ਆਇਆ ਫਿਰ ਸਾਹਮਣੇ? ਦੇਖੋ ਜੀ, ਸਟਾਰ ਪ੍ਰਚਾਰਕਾਂ ਦੀ ਸੂਚੀ ਦੇ ਵਿੱਚ ਜਿਹੜੇ ਪੰਜਾਬ ਦੇ ਸਟਾਰ ਪ੍ਰਚਾਰਕ ਆ ਆਮ ਆਦਮੀ ਪਾਰਟੀ ਦੇ ਵਿੱਚ, ਭਗਵੰਤ ਮਾਨ ਆ, ਅਰਵਿੰਦ ਕੇਜਰੀਵਾਲ ਆ, ਸੁਨੀਤਾ ਕੇਜਰੀਵਾਲ ਆ, ਤੇ ਮਨੀਸ਼ ਸਿਸੋਦੀਆ, ਸੰਜੇ ਸਿੰਘ ਆ, ਡਾਕਟਰ ਸੰਦੀਪ ਪਾਠਕ ਆ, ਰਾਘਵ ਚੱਡਾ, ਤੇ ਪੰਜਾਬ ਦੇ ਬਹੁਤ ਸਾਰੇ ਹੋਰ ਨੇਤਾ ਵੀ ਹੈਗੇ ਆ, ਕਈ ਹੋਰ ਸੂਬਿਆਂ ਦੇ ਨੇਤਾ ਵੀ ਹੈਗੇ ਆ। ਸੋ ਇਹ ਹੈ ਜੀ ਕਿ ਇਹ ਹੁਣ ਸਾਰੇ ਦੇ ਸਾਰੇ ਪ੍ਰਚਾਰ ਕਰਨਗੇ। ਮਨੀਸ਼ ਸਿਸੋਦੀਆ ਦਾ ਨਾਮ ਮੇਰਾ ਖਿਆਲ ਵੀ ਸਤਿਕਾਰ ਦੇ ਰੂਪ ਦੇ ਵਿੱਚ ਹੀ ਰੱਖਿਆ ਗਿਆ, ਕਿਉਂਕਿ ਉਹ ਤਾਂ ਜੇਲ੍ਹ ਦੇ ਵਿੱਚ ਆ ਤਾਂ ਜੇਲ੍ਹ ਦੇ ਵਿੱਚੋਂ ਬਾਹਰ ਆਉਣ ਦਾ ਹਾਲੇ ਮੌਕਾ ਮਿਲਣਾ ਨੀਗਾ। ਕੇਜਰੀਵਾਲ ਹੋਰਾਂ ਨੂੰ ਟੈਂਪਰੇਰੀ ਤੌਰ ਤੇ ਮੌਕਾ ਮਿਲਿਆ ਹੋਇਆ। ਮੇਰਾ ਖਿਆਲ ਆ ਵੀ ਰਾਘਵ ਚੱਡਾ ਦਾ ਨਾਮ ਵੀ ਸਤਿਕਾਰ ਦੇ ਤੌਰ ਤੇ ਰੱਖਿਆ ਗਿਆ, ਕਿਉਂਕਿ ਰਾਘਵ ਚੱਡਾ ਤਾਂ ਇਸ ਵੇਲੇ ਕਿਤੇ ਰੜਕਿਆ ਹੀ ਨਹੀਂ। ਕਹਿੰਦੇ ਆ ਵੀ ਭਾਈ ਉਹਦੀ ਅੱਖ ਦੇ ਵਿੱਚ ਪ੍ਰੋਬਲਮ ਆ, ਪਤਾ ਨਹੀਂ ਵੀ ਹੋ ਸਕਦਾ ਅੱਖ ਦੇ ਵਿੱਚ ਪ੍ਰੋਬਲਮ ਹੋਵੇ ਵੀ, ਪਰ ਗੱਲ ਇਹ ਵੀ ਜਿੰਨੀ ਦੇਰ ਤੋਂ ਉਹ ਰੜਕ ਨਹੀਂ ਰਹੇ, ਕੁਸਕ ਨਹੀਂ ਰਹੇ, ਉਹਦੇ ਉੱਤੇ ਕਈ ਵਾਰ ਰਾਜਨੀਤਿਕ ਲੋਕਾਂ ਨੇ, ਵਿਰੋਧੀ ਪਾਰਟੀਆਂ ਨੇ ਸ਼ੱਕ ਤੇ ਸ਼ੰਕੇ ਵੀ ਪੈਦਾ ਕੀਤੇ ਆ। ਸੋ ਪਤਾ ਨਹੀਂ ਵਿਚਲੀ ਗੱਲ ਕੀ ਹੋਊਗੀ, ਪਰ ਆਮ ਆਦਮੀ ਪਾਰਟੀ ਨੇ ਆਪਦੇ ਸਟਾਰ ਪ੍ਰਚਾਰਕਾਂ ਦੀ ਸੂਚੀ ਜਾਰੀ ਕਰਤੀ ਆ। ਦੂਜੇ ਪਾਸੇ ਕਾਂਗਰਸ ਨੇ ਵੀ ਆਪਣੀ ਚੋਣ ਪ੍ਰਚਾਰ ਕਮੇਟੀ, ਜਿਹੜੀ ਇਹ ਚੋਣ ਕੰਪੇਨ ਕਮੇਟੀ ਆ, ਉਹਦੀ ਸੂਚੀ ਜਾਰੀ ਕੀਤੀ ਆ। ਉਹਦੇ ਵਿੱਚ ਹੋਰ ਕਈ ਨੇਤਾ ਹੈਗੇ ਆ ਵੀ ਜਿਹੜੇ ਪ੍ਰਚਾਰ ਕਰਨਗੇ। ਇਹਦੇ ਵਿੱਚ ਨਵਜੋਤ ਸਿੰਘ ਸਿੱਧੂ ਦਾ ਨਾਂ ਹੈ ਨਹੀਂ, ਮਤਲਬ ਇਹ ਵੀ ਸਿੱਧੂ ਸਾਹਿਬ ਨੇ ਪਹਿਲਾਂ ਹੀ ਗੱਲ ਕਹੀ ਸੀ ਕਿ ਮੇਰਾ ਐਤਕੀ ਚੋਣਾਂ ਨਾਲ ਕੋਈ ਵਾਹ ਵਾਸਤਾ ਨਹੀਂ ਹੋਊਗਾ, ਤੇ ਸਿੱਧੂ ਸਾਹਿਬ ਦਾ ਨਾਂ ਐਤਕੀ ਕਿਸੇ ਸੂਚੀ ਦੇ ਵਿੱਚ ਵੀ ਹੈ ਨਹੀਂ। ਤੇ ਜਾਂ ਫਿਰ ਉਹਨਾਂ ਨੂੰ ਪਤਾ ਹੀ ਆ ਵਿਰੋਧੀਆਂ ਨੂੰ ਵੀ ਤੇ ਆਪਣਿਆਂ ਨੂੰ ਵੀ ਕਿ ਭਾਈ ਐਤਕੀ ਉਹਨਾਂ ਨੇ ਮੈਦਾਨ ਦੇ ਵਿੱਚ ਆਉਣਾ ਨਹੀਂ। ਉਦਾਂ ਮੈਂ ਗੱਲ ਜ਼ਰੂਰ ਸੋਚਣਾ ਵੀ ਸਿੱਧੂ ਸਾਹਿਬ ਦੀ ਗੈਰ ਹਾਜ਼ਰੀ ਦੇ ਵਿੱਚ ਐਤਕੀ ਟਿਕਾ ਕੇ ਠੋਕੋ, ਖਿੱਚ ਕੇ ਰੱਖ ਦਿਆਂਗੇ, ਪਾ ਦਿਆਂਗੇ ਮੋਛੇ ਤੜਕੇ ਜਲੰਧਰ ਤੇ ਸ਼ਾਮ ਨੂੰ ਦਿੱਲੀ ਤੇ ਫਲਾਂ ਢੀਂਗ ਜਿਵੇਂ ਕਰਦੇ ਹੁੰਦੇ ਆ, ਤੇ ਕਿ ਸ਼ੇਰ ਸ਼ੂਰ ਜਿਹੜੇ ਆ ਉਹ ਪੰਜਾਬ ਦੀ ਰਾਜਨੀਤੀ ਦੇ ਵਿੱਚੋਂ ਗਾਇਬ ਹੋਏ ਪਏ ਆ। ਬਿਲਕੁਲ ਸਹੀ ਕਿਹਾ ਤੁਸੀਂ ਟਾਣਾ ਸਾਹਿਬ, ਲੋਕ ਵੀ ਇਸ ਗੱਲ ਨੂੰ ਮਹਿਸੂਸ ਕਰਦੇ ਪਏ ਨੇ। ਖੈਰ ਆਪਾਂ ਗੱਲ ਕਰਦੇ ਹਾਂ ਫਰੀਦਕੋਟ ਦੀ, ਕਹਿੰਦੇ ਫਰੀਦਕੋਟ ਤੋਂ ਸਭ ਤੋਂ ਵੱਧ ਨਾਮਜ਼ਦਗੀਆਂ ਦਾਖਲ ਹੋਈਆਂ ਨੇ ਜੀ। ਹਾਂ ਬਿਲਕੁਲ ਜੀ ਬਿਲਕੁਲ, ਫਰੀਦਕੋਟ ਤੋਂ ਸਭ ਤੋਂ ਵੱਧ ਨਾਮਜ਼ਦਗੀਆਂ ਦਾਖਲ ਹੋਈਆਂ ਫਰੀਦਕੋਟ ਦੇ ਵਿੱਚ, ਐਤਕੀ ਮੈਂ ਹੈਰਾਨ ਨਹੀਂ ਮੰਨਦਾ। ਵੈਸੇ ਤਾਂ ਚਲੋ ਹੋ ਸਕਦਾ ਵੀ ਕਿਤੇ 30 ਵੀ ਹੋਈਆਂ ਹੋਣ, ਕਿਤੇ 28 ਵੀ ਹੋਈਆਂ ਹੋਣ, ਪਰ ਫਰੀਦਕੋਟ ਦੇ ਵਿੱਚ 32 ਦੇ ਕਰੀਬ ਨਾਮਜ਼ਦਗੀਆਂ ਦਾਖਲ ਵੱਖ ਵੱਖ ਲੋਕਾਂ ਦੀਆਂ ਹੋਈਆਂ। ਤੇ ਮੈਂ ਨਹੀਂ ਕਹਿੰਦਾ ਵੀ ਇਹ 32 ਦੇ 32 ਚੋਣ ਮੈਦਾਨ 'ਚ ਰਹਿਣਗੇ, ਹੋ ਸਕਦਾ 32 ਦੇ ਵਿੱਚ 28 ਰਹਿ ਜਾਣ 17 ਤਰੀਕ ਨੂੰ, ਹੋ ਸਕਦਾ 32 ਹੀ ਰਹਿ ਜਾਣ, ਹੋ ਸਕਦਾ 25 ਰਹਿ ਜਾਣ, ਹੋ ਸਕਦਾ 30 ਰਹਿ ਜਾਣ, ਪਰ 32 ਜਣਿਆਂ ਨੇ ਆਪਣੇ ਕਾਗਜ਼ ਦਾਖਲ ਟੋਟਲ ਕੀਤੇ ਹੁਣ ਤੱਕ। ਉਹਦੇ ਵਿੱਚੋਂ ਮੈਨੂੰ ਪਤਾ ਲੱਗਾ ਜੀ 17 ਤੋਂ ਵੱਧ ਤਾਂ ਆਜ਼ਾਦ ਹੀ ਆ। ਚਲੋ ਇਹ ਆਪਾਂ ਚੋਣ ਲੜਨ ਦਾ ਚਾਅ ਕਹਿ ਲਈਏ, ਚੋਣ ਲੜਨ ਦੇ ਲਈ ਮੁਕਾਬਲੇ ਦੀ ਭਾਵਨਾ ਕਹਿ ਲਈਏ,
ਜਾਂ ਆਪਣੇ ਬੰਦੇ ਦੇ ਮਨ 'ਚ ਕਰੇਜ਼ ਹੁੰਦੀ ਯਾਰ ਕਿ ਮੈਂ ਵੀ ਕਿਤੇ ਨਾ ਕਿਤੇ ਮੇਰੇ ਨਿਆਣੇ ਕਿਹਾ ਕਰਨਗੇ ਵੀ ਪਾਪਾ ਵੀ ਚੋਣ ਲੜਿਆ ਸੀ ਇੱਕ ਵਾਰੀ ਯਾਰ ਕਰਮਜੀਤ ਅਨਮੋਲ ਦੇ ਬਰਾਬਰ, ਉਦੋਂ ਕਾਂਗਰਸ ਦੀ ਆਹ ਉਮੀਦਵਾਰ ਸੀ ਤੇ ਅਕਾਲੀ ਦਲ ਦਾ ਉਮੀਦਵਾਰ ਸੀ ਤੇ ਹੰਸਰਾਜ ਹੰਸੋਲੋ ਸੀ ਬੀਜੇਪੀ ਦਾ ਉਮੀਦਵਾਰ, ਉਦੋਂ ਮੇਰੇ ਪਾਪੇ ਨੇ ਚੋਣ ਲੜੀ ਤੇ ਉਦੋਂ ਫਿਰ ਬੰਦੇ ਗੱਲਾਂ ਜਿਹੀਆਂ ਕਰਨੀਆਂ ਹੁੰਦੀਆਂ ਨਾ ਨਿਆਣਿਆਂ ਨੇ ਵੀ ਤੇ ਆਪ ਵੀ, ਜੇ ਕਿਤੇ ਉਦੋਂ ਐਂ ਨਾ ਹੋਇਆ ਹੁੰਦਾ ਤਾਂ ਜਿੱਤ ਆਪਣੇ ਪਾਪੇ ਦੀ ਵੱਟ ਤੇ ਪਈ ਸੀ, ਸ਼ਾਇਦ ਕੋਈ ਇਸ ਚਾਅ ਦੇ ਵਿੱਚ ਮੁਕਾਬਲੇ ਲੜ ਰਹੇ ਹੋਣ। ਪਰ ਭਾਈ ਮੁਕਾਬਲਾ ਕਰਨਗੇ, 32 ਜਣੇ ਚੋਣ ਮੈਦਾਨ ਦੇ ਵਿੱਚ ਆਏ ਆ, ਪੂਰੇ ਪੰਜਾਬ ਦੇ ਵਿੱਚ ਸਭ ਤੋਂ ਵੱਧ ਉਮੀਦਵਾਰ ਫਰੀਦਕੋਟ ਲੋਕ ਸਭਾ ਖੇਤਰ ਦੇ ਵਿੱਚ ਹਾਲੇ ਤੱਕ। ਜੀ ਪਹਿਲਾਂ ਸਾਹਿਬ, ਇੱਕ ਪਿੰਡ ਦੇ ਵਿੱਚੋਂ ਖਬਰ ਆ ਰਹੀ ਹੈ ਸਾਹਮਣੇ ਕਿ ਓਵਰਡੋਸ ਦੇ ਨਾਲ ਇੱਕ ਮੁੰਡੇ ਦੀ ਮੌਤ ਹੋ ਗਈ ਹੈ, ਔਰ ਖਹਿਰਾ ਸਾਹਿਬ ਉਹਨਾਂ ਦੇ ਘਰ ਪਹੁੰਚੇ ਨੇ, ਹਾਲ ਚਾਲ ਜਾਣਨ ਦੇ ਲਈ। ਕਿਹੜਾ ਪਿੰਡ ਹੈ ਜੀ ਇਹ? ਇਹ ਜੀ ਕੁਰੜ ਪਿੰਡ ਹੈ, ਕੁਰੜ। ਤੇ ਇਹ ਪਿੰਡ ਦੇ ਵਿੱਚ ਗਏ ਹੈ ਜੀ, ਇਹ ਜਿਹੜਾ ਮੀਤ ਹੇਅਰ ਦਾ ਆਪਣਾ ਪਿੰਡ ਹੈ ਜਿਹੜਾ, ਉਸ ਪਿੰਡ ਦੀ ਕਹਾਣੀ ਹੈ। ਮੀਤ ਹੇਅਰ ਕਿਉਂਕਿ ਆਪਾਂ ਜਾਣਦੇ ਪੰਜਾਬ ਦੇ ਕੈਬਨਿਟ ਮੰਤਰੀ ਆ, ਮੀਤ ਹੇਅਰ ਹੈ ਜਿਹੜੇ ਆਪਾਂ ਜਾਣਦੇ ਜੀ ਕਿ ਇਸ ਵੇਲੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਆ ਸੰਗਰੂਰ ਤੋਂ, ਤੇ ਮੀਤ ਹੇਅਰ ਹੈ ਜਿਹੜੇ ਉਹ ਆਪਾਂ ਜਾਣਦੇ ਕਿ ਇਸ ਵੇਲੇ ਪੂਰਾ ਪ੍ਰਚਾਰ ਕਰ ਰਹੇ ਆਪਦਾ। ਤੇ ਮੀਤ ਹੇਅਰ ਦੇ ਮੁਤਲਕ ਇਹ ਖਬਰ ਆਈ ਆ, ਉਹਨਾਂ ਦੇ ਪਿੰਡ ਦੇ ਵਿੱਚ 11ਵੀਂ ਕਲਾਸ ਦਾ ਇੱਕ ਵਿਦਿਆਰਥੀ ਆ ਜਿਹਦੇ ਬਾਰੇ ਇਹ ਖਬਰ ਆਈ ਆ ਕਿ ਓਵਰਡੋਜ਼ ਦੇ ਕਰਕੇ ਉਹਦੀ ਲਾਸ਼ ਮਿਲੀ ਆ। ਉਹ ਜਦੋਂ ਹੁਣ ਲਾਸ਼ ਮਿਲੀ ਹੈ ਤੇ ਵਿਰੋਧਕਾਂ ਨੇ ਇਸ ਗੱਲ ਦਾ ਮੁੱਦਾ ਚੁੱਕਿਆ ਤੇ ਚੁੱਕਣਾ ਚਾਹੀਦਾ ਵੀ ਆ। ਤੇ ਸੁਖਪਾਲ ਸਿੰਘ ਖਹਿਰਾ ਇਸ ਪੀੜਤ ਪਰਿਵਾਰ ਦੇ ਘਰ ਦੇ ਵਿੱਚ ਪਹੁੰਚੇ ਆ ਤੇ ਉਹਨਾਂ ਨੇ ਉਸ ਪਰਿਵਾਰ ਨਾਲ ਦੁੱਖ ਵੀ ਵੰਡਾਇਆ ਤੇ ਇਹ ਵੀ ਗੱਲ ਕਹੀ ਆ ਕਿ ਜੇਕਰ ਆਮ ਆਦਮੀ ਪਾਰਟੀ ਨੇ ਪੰਜਾਬ 'ਚੋਂ ਨਸ਼ਾ ਮੁਕਾਇਆ ਹੁੰਦਾ, ਪੰਜਾਬ 'ਚੋਂ ਨਸ਼ਾ ਖਤਮ ਕੀਤਾ ਹੁੰਦਾ ਤਾਂ ਅੱਜ ਮੰਤਰੀਆਂ ਦੇ ਪਿੰਡਾਂ ਦੇ ਵਿੱਚ ਨਿਆਣੇ ਨਹੀਂ ਸੀ ਮਰਨੇ। ਜੇਕਰ ਅੱਜ ਓਵਰਡੋਜ਼ ਦੇ ਕਰਕੇ ਅੱਜ ਵੀ ਮੁੰਡੇ ਕੁੜੀਆਂ ਮਰ ਰਹੇ ਆ ਤਾਂ ਇਹਦਾ ਮਤਲਬ ਇਹ ਆ ਕਿ ਇਹਨਾਂ ਨੇ ਕੀਤਾ ਕੱਖ ਨਹੀਂ ਗਾ। ਸੋ ਉਹਨਾਂ ਨੇ ਆਹ ਗੱਲ ਕਹੀ ਆ। ਸੋ ਕੁੱਲ ਮਿਲਾ ਕੇ ਗੱਲ ਇਹ ਆ ਜਿਹੜੀ ਵੱਡੀ ਗੱਲ ਕਿ ਭਾਈ ਇਸ ਵੇਲੇ ਪੰਜਾਬ ਦੇ ਵਿੱਚ ਨਸ਼ੇ ਚੱਲ ਰਹੇ ਆ, ਨਸ਼ੇ ਕਰਨ ਵਾਲੇ ਨਸ਼ੇ ਕਰੀ ਜਾਂਦੇ ਆ, ਨਸ਼ੇ ਵੇਚਣ ਵਾਲੇ ਨਸ਼ੇ ਵੇਚੀ ਜਾਂਦੇ ਆ, ਸਾਰਾ ਕੁਝ ਉਵੇਂ ਚੱਲੀ ਜਾਂਦਾ, ਰੁਕਣ ਦਾ ਨਾਂ ਕੁਝ ਵੀ ਨਹੀਂ ਲੈ ਰਿਹਾ। ਦੁੱਖ ਹੁੰਦਾ ਜੀ ਇਸ ਗੱਲ ਦੇ ਉੱਤੇ ਵੀ ਪਤਾ ਨਹੀਂ ਕਦੋਂ ਸਾਡੇ ਸਿਸਟਮ ਦੇ ਵਿੱਚ ਸੁਧਾਰ ਆਊਗਾ। ਅਸੀਂ ਹਮੇਸ਼ਾ ਹੀ ਇਸ ਗੱਲ ਦੀ ਬੇਨਤੀ ਕਰਦੇ ਹਾਂ ਕਿ ਲੋਕ ਵੀ ਸੁਧਰਨ, ਹਾਲਾਤ ਵੀ ਸੁਧਰਨ ਤੇ ਲੋਕਾਂ ਨੂੰ ਵੀ ਸਭ ਤੋਂ ਵੱਧ ਸੁਧਾਰ ਕਰਨਾ ਚਾਹੀਦਾ, ਆਪਣੇ ਆਪ ਦੇ ਵਿੱਚ ਸਭ ਤੋਂ ਵੱਧ ਸੁਧਾਰ ਕਰਨਾ ਚਾਹੀਦਾ। ਚੰਗਾ ਹੋਊਗਾ ਜੇਕਰ ਅਸੀਂ ਆਪਦੀ ਤੇ ਆਪਦਿਆਂ ਦੀ ਜ਼ਿੰਦਗੀ ਦਾ ਖਿਆਲ ਰੱਖੀਏ ਜੀ। ਜੀ ਬਿਲਕੁਲ ਸਹੀ ਕਿਹਾ ਤੁਸੀਂ ਰਾਣਾ ਸਾਹਿਬ, ਇਹ ਸਾਰੇ ਐਫਰਟ ਸਾਨੂੰ ਆਪ ਹੀ ਕਰਨੇ ਪੈਣਗੇ। ਖੈਰ ਉਧਰ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੇ ਇਹ ਗੱਲ ਕਹੀ ਹੈ, ਕਹਿੰਦੇ ਜਿਹੜੇ ਬੰਦ ਟੋਲ ਪਲਾਜ਼ੇ ਨੇ ਉਹਨਾਂ ਦੇ ਵਿੱਚ ਅਸੀਂ ਕਲੀਨਿਕ ਖੋਲਾਂਗੇ ਜੀ। ਹਾਂ ਬਿਲਕੁਲ ਜੀ, ਪੰਜਾਬ ਦੇ ਮੁੱਖ ਮੰਤਰੀ ਲੰਘੇ ਕੱਲ ਅਸ਼ੋਕ ਪਰਾਸ਼ਰ ਪੱਪੀ ਜਿਹੜੇ ਕਿ ਲੁਧਿਆਣੇ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਆ, ਉਹਨਾਂ ਦੇ ਹੱਕ ਦੇ ਵਿੱਚ ਚੋਣ ਪ੍ਰਚਾਰ ਕਰਨ ਦੇ ਲਈ ਗਏ ਸੀਗੇ। ਉਹਨਾਂ ਨੇ ਉੱਥੇ ਇਹ ਗੱਲਾਂ ਕਹੀਆਂ, ਉਹ ਕਹਿੰਦੇ ਦੇਖੋ ਜੀ ਇਸ ਵੇਲੇ ਜਿਹੜੀਆਂ ਪ੍ਰਸਥਿਤੀਆਂ ਉਹ ਪੰਜਾਬ ਦੇ ਵਿੱਚ ਵਿਰੋਧੀ ਪਾਰਟੀਆਂ ਨੇ ਜਿਹੜੀਆਂ ਬਣਾਈਆਂ ਸੀ ਉਹ ਅਸੀਂ ਬਿਲਕੁਲ ਬਦਲਤੀਆਂ। ਉਹ ਕਹਿੰਦੇ ਜੀ ਪੰਜਾਬ ਦੇ ਵਿੱਚ ਇਸ ਵੇਲੇ ਵਿਕਾਸ ਦੀ ਧਾਰ ਤਿੱਖੀ ਹੋਈ ਪਈ ਹੈ। ਉਹ ਕਹਿੰਦੇ ਜੀ ਪੰਜਾਬ ਦੇ ਵਿੱਚ ਅਸੀਂ ਵੱਧ ਤੋਂ ਵੱਧ ਵਿਕਾਸ ਕਰ ਰਹੇ ਹਾਂ। ਉਹ ਕਹਿੰਦੇ ਜੀ ਅਸ਼ੋਕ ਪਰਾਸ਼ਰ ਪੱਪੀ ਜਿੱਤਣਗੇ। ਉਹਨਾਂ ਨੇ ਅਸ਼ੋਕ ਪਰਾਸ਼ਰ ਪੱਪੀ ਦੇ ਹੱਕ ਦੇ ਵਿੱਚ ਰੋਡ ਸ਼ੋਅ ਕੀਤਾ ਤੇ ਨਾਲ ਹੀ ਉਹਨਾਂ ਨੇ ਕੁਝ ਕੁ ਗੱਲਾਂ ਹੋਰ ਕਹੀਆਂ। ਉਹ ਕਹਿੰਦੇ ਜੀ ਲੋੜ ਇਸ ਵੇਲੇ ਇਸ ਗੱਲ ਦੀ ਆ ਕਿ ਆਜੋ ਅਸੀਂ ਆਮ ਆਦਮੀ ਪਾਰਟੀ ਨੂੰ ਮਜ਼ਬੂਤ ਕਰੀਏ, ਅਸੀਂ ਮੁਹੱਲਾ ਕਲੀਨਿਕ ਬਣਾਉਣ ਵਾਲੇ ਹਾਂ, ਅਸੀਂ ਸਕੂਲਾਂ ਦਾ ਪੱਧਰ ਉੱਚਾ ਚੁੱਕਣ ਵਾਲੇ ਹਾਂ ਤੇ ਅਸੀਂ ਇਹ ਹੋਰ ਵੀ ਉੱਚਾ ਚੁੱਕਾਂਗੇ। ਉਹਨਾਂ ਨੇ ਕਿਹਾ ਜੀ ਕਿ ਅਸੀਂ ਟੋਲ ਪਲਾਜ਼ੇ ਬੰਦ ਕੀਤੇ ਹੁਣ ਤੱਕ, ਟੋਲ ਪਲਾਜ਼ੇ ਬੰਦ ਕੀਤੇ ਉਹ ਕਹਿੰਦੇ ਜੀ ਹੁਣ ਤੱਕ ਅਸੀਂ 1 ਦਰਜਨ ਤੋਂ ਵੱਧ, ਤੇ ਉਹ ਜਿਹੜੇ ਟੋਲ ਪਲਾਜ਼ੇ ਬੰਦ ਕੀਤੇ ਆ ਉਹਨਾਂ ਦੇ ਵਿੱਚ ਵੀ ਅਸੀਂ ਆਉਂਦੇ ਸਮੇਂ 'ਚ ਕਲੀਨਿਕ ਖੋਲਾਂਗੇ ਜੀ। ਜੀ ਚਲੋ ਸਾਹਿਬ ਅੱਗੇ ਵੱਧਦੇ ਹਾਂ, ਗੱਲ ਕਰਦੇ ਹਾਂ ਜੀ ਹੁਣ ਸਾਬਕਾ ਮੰਤਰੀ ਜਗਮੋਹਨ ਸਿੰਘ ਕੰਗ, ਕਹਿੰਦੇ ਇੱਕ ਵਾਰ ਫਿਰ ਤੋਂ ਕਾਂਗਰਸ ਦੇ ਵਿੱਚ ਵਾਪਸ ਆ ਗਏ ਨੇ ਜੀ, ਘਰ ਵਾਪਸੀ ਹੋਈ ਉਹਨਾਂ ਦੀ? ਬਿਲਕੁਲ ਜੀ ਬਿਲਕੁਲ, ਐਤਕੀ ਤਰ੍ਹਾਂ ਹੁਣ ਇਹ ਗੱਲ ਕਹਿਣੀ ਚਾਹੀਦੀ ਹੈ ਕਿ ਫਲਾਣੇ ਵੀ ਆ ਗਏ ਆ, ਫਲਾਣੇ ਵੀ ਚਲੇ ਗਏ ਆ, ਹੁਣ ਤਾਂ ਆਹ ਸ਼ਬਦ ਵਰਤਣਾ ਚਾਹੀਦਾ ਕਿਉਂਕਿ ਪਤਾ ਹੀ ਕੋਈ ਨਹੀਂ ਲੱਗਦਾ ਵੀ ਕੌਣ ਕਿੱਧਰ ਚਲਾ ਗਿਆ ਤੇ ਕੌਣ ਕਿੱਧਰੋਂ ਆ ਗਿਆ। ਤੇ ਹੁਣ ਆਪਾਂ ਇਹ ਵੀ ਗੱਲ ਕਹਿ ਸਕਦੇ ਹਾਂ ਕਿ ਜਗਮੋਹਨ ਸਿੰਘ ਕੰਗ ਚਲੋ ਵਾਪਸ ਆ ਗਏ ਹਨ,
ਜਗਮੋਹਨ ਸਿੰਘ ਕੰਗ ਵੀ ਚਲੋ ਵਾਪਸ ਆ ਹੀ ਗਏ ਹਨ। ਸੋ ਵੇਨੇ ਭਾਈ ਕੀ ਬਣਦਾ ਇਸ ਮਾਮਲੇ ਦੇ ਵਿੱਚ, ਪਰ ਜਗਮੋਹਨ ਸਿੰਘ ਕੰਗ ਆ ਜਿਹੜੇ ਇਹ 2022 ਦੇ ਵਿੱਚ ਨਾਰਾਜ਼ ਹੋ ਗਏ ਸੀ ਵੀ ਇਹਨਾਂ ਨੂੰ ਕਾਂਗਰਸ ਨੇ ਟਿਕਟ ਨਹੀਂ ਸੀ ਦਿੱਤੀ, ਇਹ ਫਿਰ ਆਮ ਆਦਮੀ ਪਾਰਟੀ ਚਲੇ ਗਏ। ਉਦੋਂ ਇਹਨਾਂ ਨੇ ਚਰਨਜੀਤ ਸਿੰਘ ਚੰਨੀ ਦੀ ਵਿਰੋਧ ਤਾਂ ਬਹੁਤ ਕੀਤੀ ਸੀ, ਚੰਨੀ ਹੋਰੀਆਂ ਜਿਹੜੇ ਉਸ ਵੇਲੇ ਬਹੁਤ ਵੱਡੇ ਪੱਧਰ ਦੇ ਉੱਤੇ ਮੁੱਖ ਮੰਤਰੀ ਹੋਣ ਕਰਕੇ ਪ੍ਰਭਾਵ ਰੱਖਦੇ ਸੀ, ਤੇ ਇਹਨਾਂ ਨੇ ਚਮਕੌਰ ਸਾਹਿਬ ਦੇ ਵਿੱਚ ਪ੍ਰਚਾਰ ਕੀਤਾ ਸੀ ਤੇ ਇਹ ਗੱਲ ਕਹੀ ਸੀ ਵੀ ਚੰਨੀ ਹੋਰਾਂ ਨੇ ਹੀ ਹਾਈਕਮਾਨ ਨੂੰ ਕਹਿ ਕੇ ਮੇਰੀ ਟਿਕਟ ਕਟਵਾਈ ਹੈ, ਤੇ ਚੰਨੀ ਦੇ ਪੋਰੜੇ ਫਰੋਲੇ ਸੀ ਇਹਨਾਂ ਨੇ। ਪਰ ਉਦੋਂ ਚੰਨੀ ਹੋਰੀ ਭਦੌੜ ਤੋਂ ਵੀ ਹਾਰ ਗਏ ਸੀ, ਚਮਕੌਰ ਸਾਹਿਬ ਤੋਂ ਵੀ ਹਾਰ ਗਏ ਸੀ, ਇਹਦੇ ਬਾਰੇ ਆਪਾਂ ਜਾਣਦੇ ਹਾਂ। ਦੂਜੀ ਗੱਲ ਇਹ ਹੈ ਜੀ ਕਿ ਹੁਣ ਜਗਮੋਹਨ ਸਿੰਘ ਕੰਗ ਆਪਦੇ ਪੁੱਤ ਤੇ ਕੁਝ ਕੁ ਹੋਰ ਲੋਕਾਂ ਦੇ ਨਾਲ ਮੁੜ ਕੇ ਆਮ ਆਦਮੀ ਪਾਰਟੀ ਚੋਂ ਫਿਰ ਕਾਂਗਰਸ ਦੇ ਵਿੱਚ ਆ ਗਏ ਆ, ਤੇ ਉਹਨਾਂ ਨੇ ਕਿਹਾ ਜੀ ਕਿ ਕਾਂਗਰਸ ਪਾਰਟੀ ਨੂੰ ਅਸੀਂ ਮਜ਼ਬੂਤ ਕਰਾਂਗੇ, ਦਿਨ ਰਾਤ ਅਸੀਂ ਮਿਹਨਤ ਕਰਾਂਗੇ, ਤੇ ਕਾਂਗਰਸ ਪਾਰਟੀ ਨੂੰ ਮਜ਼ਬੂਤ ਕਰਨਾ ਸਾਡਾ ਫਰਜ਼ ਆ। ਜੀ ਕਹਿੰਦਾ ਸਾਹਿਬ, ਇੱਕ ਚਿੰਤਾਜਨਕ ਖਬਰ ਸਾਹਮਣੇ ਆ ਰਹੀ ਹੈ, ਕਹਿੰਦਾ ਤਿਹਾੜ ਜੇਲ੍ਹ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ ਜੀ। ਹਾਂ ਬਿਲਕੁਲ ਜੀ ਬਿਲਕੁਲ, ਤਿਹਾੜ ਜੇਲ੍ਹ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਆ। ਇਹ ਨਾ ਦਿੱਲੀ ਦੇ ਵਿੱਚੋਂ ਖਬਰਾਂ ਲਗਾਤਾਰ ਹੀ ਇਹੋ ਜਿਹੀਆਂ ਆਈ ਜਾਂਦੀਆਂ, ਕਦੇ ਖਬਰ ਆਉਂਦੀ ਆ ਕਿ ਭਾਈ ਫਲਾਣੀ ਥਾਂ ਦੇ ਉੱਤੇ ਰੇਲਵੇ ਸਟੇਸ਼ਨ ਅੜਾ ਦੇਣਾ, ਕਦੇ ਖਬਰ ਆਉਂਦੀ ਦਿੱਲੀ ਦੇ 100 ਸਕੂਲ ਅੜਾ ਦੇਣੇ ਆ, ਕਦੇ ਕੋਈ ਖਬਰ ਕਦੇ ਕੋਈ ਖਬਰ, ਤੇ ਹੁਣ ਇਹ ਖਬਰ ਆ ਗਈ ਆ ਕਿਉਂਕਿ ਦਿੱਲੀ ਪੁਲਿਸ ਨੂੰ ਇੱਕ ਈਮੇਲ ਮਿਲੀ ਆ, ਉਹਦੇ ਵਿੱਚ ਗੱਲ ਲਿਖੀ ਹੋਈ ਆ ਕਿ ਤਿਹਾੜ ਜੇਲ੍ਹ ਨੂੰ ਉਡਾ ਦੇਣਾ, ਤਿਹਾੜ ਜੇਲ੍ਹ ਨੂੰ ਉਡਾਉਣ ਦੀ ਧਮਕੀ ਦਿੱਤੀ ਗਈ ਆ। ਪੁਲਿਸ ਹੁਣ ਇਸ ਈਮੇਲ ਨੂੰ ਕਰਨ ਵਾਲੇ ਦੀ ਪੜਤਾਲ ਕਰ ਰਹੀ ਆ ਵੀ ਇਹ ਕੋਈ ਸ਼ਰਾਰਤੀ ਅਨਸਰ ਆ ਜਾਂ ਸੱਚੀ ਮੁੱਚੀ ਕੋਈ ਸਮਾਜ ਵਿਰੋਧੀ ਅਨਸਰ। ਜੀ ਜੀ ਸੋ ਖੈਰ, ਬਹੁਤ ਬਹੁਤ ਸ਼ੁਕਰੀਆ ਸਰ, ਅੱਜ ਦੇ ਲਈ ਇੰਨੇ ਜੀ, ਫਿਰ ਵਿਚਾਰਾਂ ਦੀ ਸਾਂਝ ਪਾਵਾਂਗੇ, ਮਿਹਰਬਾਨੀ ਮਿਹਰਬਾਨੀ।